ਤੁਹਾਡੇ ਲਈ ਨਵੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਜਿਸ ਦਾ ਸਿੱਧਾ ਸੰਬੰਧ ਅੰਮ੍ਰਿਤਪਾਲ ਨਾਲ ਹੈ। ਅੱਜ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੰਮ੍ਰਿਤਪਾਲ ਨਾਲ ਜੁੜੇ ਹੋਏ ਕਿਸ-ਕਿਸ ਬੰਦੇ ਤੇ ਨਵੀਆਂ ਕਾਰਵਾਈਆਂ ਹੋਈਆਂ ਹਨ। ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਪਹਿਲਾਂ ਨਾਲੋਂ ਵੀ ਜ਼ਿਆਦਾ ਅਲਰਟ ਤੇ ਹੈ ਅਤੇ ਨਾਲ ਹੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੇਂਦਰ ਅਤੇ ਸੂਬੇ ਦੀ ਮੌਜੂਦਾ ਸਰਕਾਰ ਨੇ ਮਿਲ ਕੇ ਅੰਮ੍ਰਿਤਪਾਲ ਨੂੰ ਫੜਨ ਨੂੰ ਲੈ ਕੇ ਕਿੱਦਾਂ ਦੇ ਇੰਤਜ਼ਾਮ ਕੀਤੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਅੰਮ੍ਰਿਤਪਾਲ ਨੂੰ ਲਾਪਤਾ ਹੋਏ ਤਕਰੀਬਨ ਇੱਕ ਮਹੀਨਾ ਹੋਣ ਨੂੰ ਆਇਆ ਹੈ। ਕੁਝ ਪੰਥ ਤੋਂ ਪਟਕੇ ਹੋਏ ਲੋਕ ਅੰਮ੍ਰਿਤਪਾਲ ਨੂੰ ਅਲੱਗ ਅਲੱਗ ਤਰੀਕੇ ਨਾਲ ਕਿੱਚੜ ਉਛਾਲ ਰਹੇ ਹਨ। ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਪਾਲ ਮੋਦੀ ਦਾ ਬੰਦਾ ਹੈ। ਕੁਝ ਕਹਿੰਦੇ ਹਨ ਕਿ ਅੰਮ੍ਰਿਤਪਾਲ ਸਿਰਫ ਫੇਮ ਭਾਲਦਾ ਹੈ। ਇਹ ਸਭ ਉਹਨਾਂ ਲਈ ਕਹਿਣਾ ਆਸਾਨ ਹੈ। ਇੱਕ ਵਾਰ ਸੋਚ ਕੇ ਵੇਖੋ ਕਿ ਜਦੋਂ ਕੋਈ ਆਪਣਾ ਬੱਚਾ ਸਕੂਲ ਦੀ ਛੁੱਟੀ ਤੋਂ 2-4 ਘੰਟੇ ਲੇਟ ਘਰ ਆਵੇ ਤਾਂ ਆਪਾਂ ਨੂੰ ਆਪਣੇ ਬੱਚੇ ਦੀ ਕਿੰਨੀ ਫਿਕਰ ਆਉਂਦੀ ਹੈ, ਆਪਣੇ ਮਨ ਵਿੱਚ ਕਿੱਦਾਂ ਦੇ ਖਿਆਲ ਆਉਂਦੇ ਹਨ। ਤੁਸੀਂ ਇੱਕ ਵਾਰ ਅੰਮ੍ਰਿਤਪਾਲ ਦੇ ਮਾਂ ਪਿਓ ਬਾਰੇ ਵੀ ਸੋਚ ਕੇ ਵੇਖੋ ਕਿ ਅੱਜ ਉਹਨਾਂ ਦਾ ਪੁੱਤ ਉਹਨਾਂ ਤੋਂ ਇੱਕ ਮਹੀਨਾ ਹੋਣ ਨੂੰ ਆਇਆ ਪਰ ਉਹਨਾਂ ਦਾ ਪੁੱਤ ਉਹਨਾਂ ਨੂੰ ਨਹੀਂ ਮਿਲਿਆ। ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਤੇ ਕੀ ਬੀਤ ਰਹੀ ਹੋਵੇਗੀ, ਉਹਨਾਂ ਦੇ ਪਰਿਵਾਰ ਦਾ ਦੁੱਖ ਕੌਣ ਵੰਡ ਰਿਹਾ ਹੋਵੇਗਾ। ਹੁਣ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀ ਨਵੀਂ ਜਾਣਕਾਰੀ ਮਿਲੀ ਹੈ ਉਹ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲਿਆਂ 'ਤੇ ਹੋਈ ਕਾਰਵਾਈ। ਪਨਾਹ ਦੇਣ ਵਾਲੇ ਇਹ ਦੋ ਵਿਅਕਤੀ ਹਨ ਜੋ ਪਿਛਲੇ ਮਹੀਨੇ ਫਰਾਰ ਹੋ ਗਏ ਸਨ, ਪੁਲਿਸ ਦੇ ਸ਼ਿਕੰਜੇ ਵਿੱਚ ਨਹੀਂ ਫਸੇ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਹੁਣ ਕਾਬੂ ਕਰ ਲਿਆ ਹੈ। ਫੜੇ ਗਏ ਵਿਅਕਤੀਆਂ ਵਿੱਚੋਂ ਇੱਕ ਰਾਜਦੀਪ ਸਿੰਘ ਪਿੰਡ ਬਾਬਕ ਅਤੇ ਜ਼ਿਲ੍ਹਾ ਹੁਸ਼ਿਆਰਪੁਰ, ਦੂਜਾ ਸਰਬਜੀਤ ਸਿੰਘ ਜ਼ਿਲ੍ਹਾ ਜਲੰਧਰ। ਇਹਨਾਂ ਦੋਹਾਂ ਨੂੰ ਸ਼ੁੱਕਰਵਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ ਅਤੇ ਇੱਕ ਦਿਨ ਦੀ ਪੁਲਿਸ ਰਿਮਾਂਡ 'ਤੇ ਵੀ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਨਾਲ ਜੁੜੇ ਹੋਏ ਹਰ ਵਿਅਕਤੀ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਪੁਲਿਸ ਵੱਲੋਂ ਲਗਾਤਾਰ ਓਪਰੇਸ਼ਨ ਚਲਾਏ ਜਾ ਰਹੇ ਹਨ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਨਵੇਂ ਕਦਮ ਚੁੱਕਦਿਆਂ ਹੋਇਆਂ ਅੰਮ੍ਰਿਤਪਾਲ ਦੇ ਪੋਸਟਰ ਪਟਿਆਲਾ ਵਿਖੇ ਲਾ ਦਿੱਤੇ ਗਏ ਹਨ ਅਤੇ ਪਟਿਆਲਾ ਵਿੱਚ ਭਾਲ ਜਾਰੀ ਹੈ। ਇਹਨਾਂ ਪੋਸਟਰਾਂ ਰਾਹੀਂ ਅੰਮ੍ਰਿਤਪਾਲ ਦਾ ਪਤਾ ਦੱਸਣ ਵਾਲੇ ਨੂੰ ਇਨਾਮ ਦੇਣ ਦੀ ਵੀ ਗੱਲ ਰੱਖੀ ਗਈ ਹੈ। ਇਹਨਾਂ ਪੋਸਟਰਾਂ 'ਤੇ ਦੋ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਉੱਤੇ ਅੰਮ੍ਰਿਤਪਾਲ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਰਾਜਦੀਪ ਅਤੇ ਸਰਬਜੀਤ ਉੱਤੇ ਪੁਲਿਸ ਨੇ ਆਰੋਪ ਲਾਇਆ ਹੈ ਕਿ ਅੰਮ੍ਰਿਤਪਾਲ ਨੂੰ ਇਹਨਾਂ ਦੋਵਾਂ ਨੇ ਪਨਾਹ ਦਿੱਤੀ ਅਤੇ ਅੰਮ੍ਰਿਤਪਾਲ ਦੀ ਆਹੋ ਭਗਤ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਅੰਮ੍ਰਿਤਪਾਲ ਨੇ ਇਹਨਾਂ ਦੇ ਘਰ ਰਾਤ ਵੀ ਬਿਤਾਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇਹਨਾਂ ਦੋਹਾਂ ਤੋਂ ਪੁੱਛਗਛ ਜਾਰੀ ਹੈ। ਪੁਲਿਸ ਅਜੇ ਤੱਕ ਇਹਨਾਂ ਦੋਵਾਂ ਤੋਂ ਕੋਈ ਵੀ ਨਵੀਂ ਜਾਣਕਾਰੀ ਨਹੀਂ ਜੁਟਾ ਪਾਈ। ਜਿਵੇਂ ਹੀ ਜਾਣਕਾਰੀ ਮਿਲੇਗੀ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਅੰਮ੍ਰਿਤਪਾਲ ਨੂੰ ਫੜਨ ਦੇ ਲਈ ਕੇਂਦਰ ਅਤੇ ਸੂਬੇ ਦੀ ਸਰਕਾਰ ਨੇ ਕੁਝ ਨਵੇਂ ਪ੍ਰਬੰਧ ਕੀਤੇ ਹਨ। ਜਿਵੇਂ ਕਿ ਤੁਹਾਨੂੰ ਅਸੀਂ ਪਿਛਲੀ ਵੀਡੀਓ ਰਾਹੀਂ ਦੱਸਿਆ ਸੀ ਕਿ ਮਾਣਯੋਗ ਅਦਾਲਤ ਨੇ ਸੂਬੇ ਦੀ ਸਰਕਾਰ ਅਤੇ ਕੇਂਦਰ ਦੀ ਸਰਕਾਰ ਤੋਂ ਕੁਝ ਸਵਾਲਾਂ ਦੇ ਜਵਾਬ ਮੰਗੇ ਸੀ ਜਿਸ ਦੇ ਜਵਾਬ ਸੂਬੇ ਦੀ ਸਰਕਾਰ ਨੇ ਨਹੀਂ ਦਿੱਤੇ ਅਤੇ ਕੇਂਦਰ ਨੇ ਵੀ ਆਪਣੀ ਚੁੱਪੀ ਨਹੀਂ ਤੋੜੀ। ਅੰਮ੍ਰਿਤਪਾਲ ਨੂੰ ਫੜਨ ਦੇ ਲਈ ਕੇਂਦਰ ਅਤੇ ਸੂਬੇ ਦੀ ਸਰਕਾਰ ਕੋਈ ਵੀ ਕਸਰ ਨਹੀਂ ਛੱਡ ਰਹੀ ਕਿ ਕਿਸੇ ਤਰ੍ਹਾਂ ਵੀ ਅੰਮ੍ਰਿਤਪਾਲ ਨੂੰ ਫੜਿਆ ਜਾ ਸਕੇ ਅਤੇ ਮਾਣਯੋਗ ਅਦਾਲਤ ਨੂੰ ਜਵਾਬ ਦੇਣ ਦੇ ਲਾਇਕ ਬਣਿਆ ਜਾ ਸਕੇ। ਇਸ ਪੂਰੀ ਜਾਣਕਾਰੀ ਦੇ ਨਾਲ ਜੁੜੇ ਰਹਿਣ ਲਈ ਤੁਹਾਡਾ ਦਿਲੋਂ ਧੰਨਵਾਦ। ਨਵੀਆਂ ਅਤੇ ਸੱਚੀਆਂ ਖਬਰਾਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ।